Oh,
ਸਿਸਤਾਨ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਸਾਰਿਆਂ ਨੇ ਭਾਈ ਰਲ ਮਿਲ ਕੇ ਸੰਗਤ ਰੂਪ ਵਿੱਚ ਅਰਦਾਸ ਕਰਨੀ ਹੈ। ਦਸ ਦੇ ਜਥੇ ਦੀ ਇੱਥੇ ਸਮਾਪਤੀ ਹੈ ਕੀਰਤਨ ਦੀ। ਸੁਭਾਅ ਹੁਣ ਸੇਵਕ ਪਰਿਵਾਰ ਵੱਲੋਂ ਜੋ ਬਰਾਗੀ ਜਥਾ ਪਹੁੰਚਿਆ ਹੋਇਆ ਹੈ, ਆਪ ਸੰਗਤਾਂ ਨੂੰ ਗੁਰੂ ਜਸ ਨਾਲ ਹਰ ਕੀਰਤਨ ਨਾਲ ਇਸੇ ਤਰ੍ਹਾਂ ਜੁੜਨਗੇ। ਬੜੇ ਪ੍ਰੇਮ ਨਾਲ ਆਪ ਸੰਗਤਾਂ ਨੇ ਇਸੇ ਤਰ੍ਹਾਂ ਬਹਿ ਕੇ ਸੁਰਤੀਆਂ ਨੂੰ ਮਨ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਬਾਣੀ ਸਰਵਣ ਕਰਨੀ ਹੈ ਜੀ। ਜਦੋਂ ਮਨ ਜੁੜਿਆ ਹੋਵੇ ਸੁਣਨ ਵਾਲੇ ਨੂੰ ਵੀ ਤੇ ਸੁਣਾਉਣ ਵਾਲੇ ਨੂੰ ਵੀ ਆਨੰਦ ਆ ਜਾਂਦਾ ਹੈ। ਸੋ ਇਸ ਕਰਕੇ ਜਿੰਨਾ ਵੀ ਸਮਾਂ ਆਪਾਂ ਗੁਰੂ ਚਰਨਾਂ ਵਿੱਚ ਬਹਿਣਾ ਹੈ, ਸਾਰਿਆਂ ਨੇ ਭਾਈ ਮਨ ਇਕਾਗਰ ਕਰਕੇ ਚਾਹ ਪਾਣੀ ਦੇ ਲੰਗਰ ਜਿਹੜੀਆਂ ਸੰਗਤਾਂ ਨੇ ਛਕ ਲਏ ਹਨ, ਉਹ ਬੇਨਤੀ ਹੈ ਉਹਨਾਂ ਦੇ ਚਰਨਾਂ ਵਿੱਚ ਗਿਆ ਕੇ ਗੁਰੂ ਚਰਨਾਂ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਆਓ ਬੜੇ ਪ੍ਰੇਮ ਨਾਲ ਰਾਗੀ ਜਥੇ ਕੋਲੋਂ ਹੁਣ ਸਤਿਗੁਰ ਜੀ ਦੀ ਪਾਵਨ ਬਾਣੀ ਦੀ ਉਸਤਤ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਗੁਣ ਅਵਗਣਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੁਮੇ ਸਵਾਮੀ, ਮਾਟੀ ਕਾ ਕਿਆ ਤੁਮੇ ਸਵਾਮੀ,
ਸਤਿਗੁਰੂ ਪ੍ਰਤੱਖ ਹੋਂਦੇ ਬੈਰਾਜ ਆਪ ਟਕਾਇਆ ਸਭ ਸਿੱਖ ਬੰਧਤ ਪੁੱਤ ਭਾਈ ਰਾਮਦਾਸ ਪੈਣੀ ਪਾਇਆ ਅੰਤੇ ਸਤਿਗੁਰ ਬੋਲਿਆ ਕੀ ਸਤਿਗੁਰੂ ਬੋਲੇ ਸੀ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਸੱਚਮੁੱਚ ਤੁਸੀਂ ਗੁਰਮੁਖਾਂ ਦੀ ਬਹਿਣੀ ਬੈਠ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ ਸਾਡੇ ਤੋਂ ਪਹਿਲਾਂ ਇੱਥੇ ਦਾ ਹਜ਼ੂਰੀ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਰਿਹਾ ਸੀ ਕੁਛ ਸਮਾਂ ਹੋਰ ਗੁਰੂ ਚਰਨਾਂ ਵਿੱਚ ਅਤੇ ਸਾਧ ਸੰਗਤ ਜਦੋਂ ਇਸ ਨਗਰ ਵਿੱਚ ਆਏ ਨਾ ਅਤੇ ਅੱਜ ਤੋਂ ਕੋਈ 30 ਸਾਲ ਲਗਭਗ ਪਿੱਛੇ ਸਾਧ ਸੰਗਤ ਜੀ ਇਸ ਨਗਰ ਵਿੱਚ ਕਾਫੀ ਵਾਰੀ ਆਉਣਾ ਅੱਜ ਤੋਂ 30 ਸਾਲ ਪਹਿਲਾਂ ਜਿਵੇਂ ਸਰਦਾਰ ਕਰਮ ਸਿੰਘ ਜੀ ਸਰਦਾਰ ਕਮਲ ਸਿੰਘ ਜੀ ਉਹਨਾਂ ਨੇ ਇੱਕ ਵਾਰੀ ਅਖੰਡ ਪਾਠ ਸਾਹਿਬ 5 ਅਖੰਡ ਪਾਠ ਸਾਹਿਬ ਰੱਖੇ ਸੀ ਅਤੇ ਸਰਦਾਰ ਮਹਿੰਦਰ ਸਿੰਘ ਜੀ ਹੋਰੀ ਜਿਹੜੇ ਮੰਗੇ ਕਿ ਉਹਨਾਂ ਦੇ ਦੂਸਰੇ ਭਰਾਤਾ ਜੀ ਇੱਥੇ 7-8 ਭਰਾ ਨੇ ਉਹ ਪਿੰਡ ਵਾਲੇ ਇੱਥੇ ਜਾਣਦੇ ਅਤੇ ਦੱਸ ਰਿਹਾ ਨੂੰ ਪਾਠ ਦੀ ਡਿਊਟੀ ਵਿੱਚ ਵੀ ਅਤੇ ਕੀਰਤਨ ਵਿੱਚ ਵੀ ਅਤੇ ਸਾਧ ਸੰਗਤ ਗੁਰੂ ਚਰਨਾਂ ਵਿੱਚ ਸਰਦਾਰ ਕਰਮ ਸਿੰਘ ਜੀ ਉਹਨਾਂ ਦਾ ਭਤੀਜਾ ਸਰਦਾਰ ਦਾਰਾ ਸਿੰਘ ਜੀ ਜਦੋਂ ਆਉਂਦਿਆਂ ਮਿਲਿਆ ਅਤੇ ਸਾਧ ਸੰਗਤ ਉਸ ਤੋਂ ਬਾਅਦ ਮਾਤਾ ਜੀ ਦੇ ਸਪੁੱਤਰ ਸਰਦਾਰ ਗੁਰਦੀਪ ਸਿੰਘ ਜੀ ਕਹਿਣ ਲੱਗੇ ਸਾਡੇ ਮਨ ਵਿੱਚ ਬੜੀ ਸੀ ਕਿ ਤੁਹਾਨੂੰ ਕਿਸੇ ਖੁਸ਼ੀ ਦੇ ਸਮੇਂ ਬੁਲਾਵਾਂਗੇ ਪਰ ਸਤਿਗੁਰਾਂ ਨੇ ਇਹ ਭਾਣਾ ਵਰਤਾ ਦਿੱਤਾ ਸਤਿਕਾਰਯੋਗ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਕੀਰਤਨ ਦੀ ਸੇਵਾ ਤੁਹਾਨੂੰ ਦਿੱਤੀ ਹੈ ਪਰ ਅਸੀਂ ਚਾਹੁੰਦੇ ਸੀ ਕਿਸੇ ਖੁਸ਼ੀ ਦੇ ਸਮੇਂ ਬੁਲਾਉਂਦੇ ਤਾਂ ਸਾਧ ਸੰਗਤ ਅਤੇ ਵਾਹਿਗੁਰੂ ਦਾ ਹੁਕਮ ਹੈ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜ਼ੋਰ ਨਹੀਂ ਜੇ ਕਿਛੁ ਕਰ ਹਮ ਸਾਕੇ ਜਿਉਂ ਭਾਵੈ ਤੇ ਵੈ ਬਖਸ਼ ਜਿਉਂ ਜਿਉਂ ਤੇਰਾ ਹੁਕਮ ਤਿਵੈ ਤੇ ਹੋਵਣਾ ਜੈ ਜੈ ਰੱਖੇ ਆਪ ਤੇ ਜਾਏ ਖਲੋਵਣਾ ਕਿਉਂਕਿ ਭੈਣ ਜੀ ਹੋਰਾਂ ਦਾ ਬੜਾ ਮਿੱਠਾ ਸੁਭਾਅ ਮਿੱਠ ਬੋਲੜੇ ਕਿਉਂਕਿ ਕਪੂਰਥਲੇ ਦੇ ਨਾਲ ਹੀ ਪਿੰਡ ਧੁਆਂਖੇ ਜਗੀਰ ਜਿੱਥੇ ਦੇ ਸਾਡੇ ਸਤਿਕਾਰਯੋਗ ਸਰਦਾਰ ਹਰੀ ਸਿੰਘ ਜੀ ਭੈਣ ਜੀ ਹੋਰਾਂ ਦੇ ਵੀਰ ਸਰਦਾਰ ਨਿਰੰਜਨ ਸਿੰਘ ਜੀ ਸਰਦਾਰ ਘੁੰਮਣ ਸਿੰਘ ਜੀ ਸਰਦਾਰ ਉਹਨਾਂ ਦੇ ਅਮਰੀਕ ਸਿੰਘ ਜੀ ਦਰਬਾਰਾ ਸਿੰਘ ਜੀ ਉਹ ਸਾਰੇ ਆਏ ਨੇ ਅਤੇ ਇਹਨਾਂ ਨਾਲ ਵੀ ਬੜਾ ਪੁਰਾਣਾ ਸੰਬੰਧ ਹੈ ਕੋਈ ਵੀ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਵੇ ਤਾਂ ਦਾਸਰਿਆਂ ਨੂੰ ਸੇਵਾ ਦਿੰਦੇ ਨੇ ਤਾਂ ਸਾਧ ਸੰਗਤ ਹੁਕਮ ਹੋਇਆ ਇੱਕ ਸ਼ਬਦ ਦਾ ਸਰਦਾਰ ਗੁਰਦੀਪ ਸਿੰਘ ਜੀ ਹੋਰਾਂ ਵੱਲੋਂ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਾਮ ਸਈਆ ਜੀ ਕੇ ਜੀਵਨਾ ਸੁਣਿਆ ਇਹਨਾਂ ਨੇ PTC ਨਿਊਜ਼ ਅਤੇ PTC ਪੰਜਾਬੀ 'ਤੇ ਦੀ ਐਡ ਚੱਲ ਰਹੀ ਹੈ ਅਤੇ ਇੱਕ ਬੇਨਤੀ ਦਾ ਸ਼ਬਦ ਹੈ ਆਓ ਗੁਰੂ ਚਰਨਾਂ ਵਿੱਚ ਭੈਣ ਜੀ ਹੋਰਾਂ ਨੂੰ ਇਸ ਸ਼ਬਦ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰੀਏ ਕਿਉਂਕਿ ਪਰਮਾਤਮਾ ਦੇ ਨਾਲ ਜਦੋਂ ਵਿਛੋੜਾ ਪੈ ਜਾਂਦਾ ਜੀਵ ਦਾ ਅਤੇ ਜਦੋਂ ਜਗਿਆਸੂ ਜਾਗ ਉੱਠਦਾ ਅਤੇ ਉਦੋਂ ਬੇਨਤੀਆਂ ਕਰਦਾ ਕਿ ਕਦੋਂ ਮਿਲਾਪ ਹੋਵੇਗਾ ਆ ਗੁਰੂ ਚਰਨਾਂ ਵਿੱਚ ਸ਼ਬਦ ਸਰਵਣ ਕਰੀਏ ਰਾਮ ਸਈਆ
ਸੰਭਾ ਤੇਰੀ ਸ਼ਰਨ ਨੂੰ ਸਤਿਗੁਰੂ ਤੇਰੀ ਸ਼ਰਨ ਵਿੱਚ ਪਵਾਂ ਬੇਗ ਮਿਲੋ ਜਨ ਪਰ ਨਾ ਜਿਹੜੀ ਕੌਮ ਚੜ੍ਹਦੀ ਕਲਾ ਵਿੱਚ ਜਾਂਦੀ ਉਹਦੇ ਇਤਿਹਾਸ ਨੂੰ ਖਰਾਬ ਕਰਨ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਕਿਉਂ ਜੇ ਬੰਦੇ ਦਾ ਇਤਿਹਾਸ ਹੀ ਨਾ ਹੋਵੇਗਾ ਆਪਾਂ ਕੀ ਨਿਸ਼ਾਨਾ ਬਣਾਵਾਂਗੇ ਖਜਲ ਖੁਆਰ ਹੋ ਕੇ ਬੈਠ ਜਾਵਾਂਗੇ ਇਸ ਕਰਕੇ ਇਤਿਹਾਸ ਵੀ ਬਹੁਤ ਜ਼ਰੂਰੀ ਹੈ ਤੋ ਸਤ ਸੰਗਤ ਮੇਰੀ ਪੀਰ ਦੇ ਮਾਲਕ ਦੋ ਜਹਾਨ ਦੇ ਵਾਲੀ ਸ਼ਖਮ ਪੀਰ ਛੇਵੇਂ ਗੁਰੂ ਨਾਨਕ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਇਤਿਹਾਸ ਵਿੱਚ ਇੱਕ ਮਾਤਾ ਭਾਗ ਭਰੀ ਦਾ ਇਤਿਹਾਸ ਆਉਂਦਾ ਹੈ ਜੋ ਕਸ਼ਮੀਰ ਵਿੱਚ ਰਹਿੰਦੀ ਸਤ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੋ ਵਾਰੀ ਕਸ਼ਮੀਰ ਵਿੱਚ ਗਏ ਕਿਉਂਕਿ ਉਹਨਾਂ ਨੇ ਚਾਰ ਅਦਾਸੀਆਂ ਧਾਰਨ ਕੀਤੀਆਂ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਵੀ ਸੱਚਾ ਢੋਆ ਜਦੋਂ ਪਹਿਲੀ ਵਾਰੀ ਗਏ ਸੀ ਨਾ ਤੇ ਉੱਥੇ ਸਿੱਖੀ ਦੇ ਬੂਟੇ ਲੱਗ ਗਏ ਸੀ ਬੀਬੀ ਭਾਗ ਭਰੀ ਆਪਣੇ ਮਾਤਾ ਪਿਤਾ ਨਾਲ ਸਤਿਗੁਰਾਂ ਦੇ ਚਰਨਾਂ 'ਚ ਦਰਸ਼ਨ ਕੀਤੇ ਜਦੋਂ ਦੂਸਰੀ ਵਾਰੀ ਸਤਿਗੁਰੂ ਜੀ ਗਏ ਤੇ ਆਪਣੇ ਹੱਥੀਂ ਸੂਤ ਕੱਤ ਕੇ ਤੇ ਸਾਧ ਸੰਗਤ ਆਪਣੇ ਹੱਥੀਂ ਸੂਤ ਕੱਤ ਕੇ ਮਹਾਰਾਜ ਵਾਸਤੇ ਚੋਲਾ ਤਿਆਰ ਕੀਤਾ ਸੀ ਉਹਨਾਂ 'ਚ ਬਚਪਨ ਤੋਂ ਕਿਸ਼ੋਰ ਅਵਸਥਾ ਜਵਾਨੀ 'ਚ ਪੈਰ ਧਰਿਆ ਤੇ ਸਾਧ ਸੰਗਤ ਮਹਾਰਾਜ ਵਾਸਤੇ ਚੋਲਾ ਤਿਆਰ ਕੀਤਾ ਸਤਿਗੁਰਾਂ ਦੇ ਚਰਨਾਂ 'ਚ ਜਿੱਥੇ ਸਾਰੀ ਕਸ਼ਮੀਰ ਦੀ ਸੰਗਤ ਦਰਸ਼ਨ ਕਰਨ ਆਈ ਇਸ ਬਾਲੜੀ ਅਵਸਥਾ ਵਿੱਚ ਬੀਬੀ ਭਾਗ ਭਰੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਦਰਸ਼ਨੀ ਭੇਟਾ ਮਾਇਆ ਰੱਖ ਕੇ ਚੋਲੇ ਤੇ ਕਹਿ ਦਿੱਤਾ ਦਾਤਿਆ ਮੈਂ ਤੁਹਾਡੇ ਵਾਸਤੇ ਬਣਾਇਆ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬੀਬਾ ਤੇਰੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪ੍ਰਵਾਨ ਹੈ ਪਰ ਹਜੇ ਨਹੀਂ ਅਸੀਂ ਇਹ ਚੋਲਾ ਲੈਣਾ ਮਹਾਰਾਜ ਕਦੋਂ ਲਵੋਂਗੇ ਕਹਿੰਦੇ ਅਸੀਂ ਆਪੇ ਆ ਕੇ ਮੰਗ ਕੇ ਲਵਾਂਗੇ ਹੁਣ ਤੂੰ ਸਾਂਭ ਕੇ ਰੱਖ ਲਾ ਤੋ ਸਾਧ ਸੰਗਤ ਗੁਰੂ ਨਾਨਕ ਸਾਹਿਬ ਤੋਂ ਬਾਅਦ ਧੰਨ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਫਿਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਿਰ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਬੰਦੇ ਦੇ ਮਨ ਵਿੱਚ ਖਿਆਲ ਆਵੇਗਾ ਵੀ ਇੰਨੀ ਉਮਰ ਉਸ ਬੀਬੀ ਭਾਗ ਭਰੀ ਦੀ ਹੋ ਗਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੀ ਇੰਨੀ ਉਮਰ ਹੋਈ 125 ਸਾਲ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਹੱਥੀ ਗੁਰਤਾ ਗੱਦੀ ਦੀ ਰਸਮ ਜੋ ਮਰਯਾਦਾ ਪੂਰੀ ਕੀਤੀ ਤੋ ਸਤ ਸੰਗਤ ਫਿਰ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਉਹਨਾਂ ਦੀ 151 ਸਾਲ ਉਮਰ ਹੋਈ ਉਮਰਾਂ ਇੱਦਾਂ ਹੋ ਜਾਂਦੀਆਂ ਇਹ ਹੁਣ ਮਾਤਾ ਭਾਗ ਭਰੀ ਦੀ ਸ਼ਾਦੀ ਹੋਈ ਪੁੱਤਰ ਹੋਇਆ ਸੇਵਾ ਦਾਸ ਉਸਦਾ ਨਾਮ ਹੈ ਤੇ ਸਾਧ ਸੰਗਤ ਹੁਣ ਅਵਸਥਾ ਬਜ਼ੁਰਗ ਅਵਸਥਾ ਹੋ ਗਈ ਹੈ ਤੇ ਇੱਕ ਲੱਕੜ ਦਾ ਸੰਦੂਕ ਉਹਦੇ ਵਿੱਚ ਰੋਜ਼ ਇਹਨੇ ਆਪਣੇ ਹੱਥੀਂ ਕੱਤੇ ਹੋਏ ਸੂਤ ਦਾ ਚੋਲਾ ਜਿਹੜਾ ਤਿਆਰ ਕੀਤਾ ਸੀ ਕੱਢ ਕੇ ਦੇਖਣਾ ਤੇ ਕਹਿਣਾ ਸਤਿਗੁਰੂ ਜੀ ਆਪ ਜੀ ਕਹਿੰਦੇ ਸੀ ਜ਼ਰੂਰ ਆਵਾਂਗੇ ਆ ਕੇ ਮੰਗ ਕੇ ਲਵਾਂਗੇ ਮਹਾਰਾਜ ਹੁਣ ਤੇ ਮੇਰਾ ਸਰੀਰ ਰੂਪੀ ਚੋਲਾ ਵੀ ਬਿਰਧ ਹੋ ਗਿਆ ਇਹਨੇ ਪਤਾ ਨਹੀਂ ਕਦੋਂ ਸਾਥ ਛੱਡ ਜਾਣਾ ਪਰ ਆਪ ਜੀ ਕਦੋਂ ਆਉਂਗੇ ਮਹਾਰਾਜ ਮੈਂ ਉਹ ਬੋਲ ਕਮਾ ਰਹੀ ਹਾਂ ਸਤਿਗੁਰੂ ਜੀ ਮੈਨੂੰ ਯਾਦ ਹੈ ਤੁਸੀਂ ਆਓਗੇ ਪਰ ਕਦੋਂ ਆਓਗੇ ਕਿਉਂਕਿ ਜਦੋਂ ਅਵਸਥਾ ਐਸੀ ਬਣ ਜਾਵੇ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋਂ ਬਲ ਬਲ ਜਾਊਂ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਕਦੀ ਆਪਣੇ ਵੀ ਐਸੀ ਅਵਸਥਾ ਬਣੇ ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਉ ਚਿਰ ਭਇਓ ਦਰਸ਼ਨ ਦੇਖੇ ਮਹਾਰਾਜ ਕਦੋਂ ਆਉਂਗੇ ਦਰਸ ਤੇਰੇ ਕੀ ਪਿਆਸ ਨਾ ਲਾਗੀ ਸਹਿਜ ਆਨੰਦ ਬਸੈ ਬੇਰਾਗੀ ਇੰਨੀ ਸੁਰਤ ਜੁੜ ਗਈ ਅਰਦਾਸ ਵਿੱਚ ਸਤਿਗੁਰੂ ਜੀ ਕਹਿੰਦੇ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ ਸਤਿਗੁਰਾਂ ਦੇ ਚਰਨਾਂ ਜਦੋਂ ਅਰਦਾਸ ਪਹੁੰਚੀ ਮੇਰੀ ਪੀਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਸੱਤੀ ਦੇ ਘਰ ਬੈਠੇ ਨੇ ਤੇ ਸਾਧ ਸੰਗਤ ਉਸੇ ਵੇਲੇ ਭਾਈ ਵਿਧੀ ਚੰਦ ਨੂੰ ਬਾਬਾ ਜੇਠਾ ਜੀ ਨੂੰ ਹੁਕਮ ਕਰਦੇ ਨੇ ਕਿ ਤਿਆਰੀ ਕਰੋ ਕੁਝ ਸਿੱਖ ਤੇ ਸਾਡੇ ਵਧੀਆ ਘੋੜੇ ਨਾਲ ਤਿਆਰ ਕਰ ਲਓ ਕੁਝ ਸਿੱਖ ਤਿਆਰ ਹੋ ਜਾਓ ਆਪਾਂ ਕਸ਼ਮੀਰ ਨੂੰ ਜਾਣਾ
सतगुरु जी को बड़े सुंदर घोड़े सी गुरबाग दलबाग सुहावा रहेला सुहेला इस तरह जिहड़ा सुहावा घोड़ा बड़ा सुंदर ते बड़ा ताकतवर सी क्योंकि महाराज जी का वजन शरीर करके बड़ा सी ਉਹ ਲਗਾਤਾਰ 3 ਘੰਟੇ ਸਤਿਗੁਰੂ ਦੀ ਸਵਾਰੀ ਕਰਾ ਸਕਦਾ ਸੀ ਬਾਕੀ ਘੋੜੇ 1 ਘੰਟਾ ਸੁਹਾਵੇ ਨੂੰ ਵੀ ਨਾਲ ਤੇ ਘੋੜੇ ਵੀ ਖੁਸ਼ੀ ਵਿੱਚ ਤਮੇਲੇ ਵਿੱਚ ਨੱਚਦੇ ਟੱਪਦੇ ਨੇ ਅੱਜ ਦੀਨ ਦੁਨੀ ਦੇ ਮਾਲਕ ਨੇ ਸਾਡੇ ਤੇ ਸਵਾਰੀ ਕਰਨੀ ਤੇ ਸਾਧ ਸੰਗਤ ਤਿਆਰੀ ਹੋ ਗਈ ਪੂਰੀ ਸਿੱਖ ਤਿਆਰ ਹੋ ਗਏ ਸਤਿਗੁਰਾਂ ਨੇ ਅਰਦਾਸਾਂ ਸੋਧਿਆ ਅਰਦਾਸ ਕੀਤੀ ਗਈ ਲੱਖ 84 ਮਿਹਰਨੀ ਸਭ ਤੁਝੇ ਧਿਆਨ ਦੀ ਚੜ੍ਹਦਾ ਹੋਇਆ ਬੋਲਿਆ ਪੈਜ ਰੱਖੀ ਆਪਣੇ ਨਾਮ ਦੀ ਤੇ ਸਾਧ ਸੰਗਤ ਅਰਦਾਸਾਂ ਸੋਧ ਕੇ ਸਤਿਗੁਰੂ ਕੁਝ ਸਿੱਖਾਂ ਸਮੇਤ ਕਸ਼ਮੀਰ ਨੂੰ ਤੁਰ ਪਏ ਰਸਤਾ ਮੁਕਾਉਂਦਿਆਂ ਪੰਧ ਮੁਕਾਉਂਦਿਆਂ ਸਾਧ ਸੰਗਤ ਮੰਜਲੋ ਮੰਜਲੀ ਕਈਆਂ ਦੇ ਬੇੜੇ ਪਾਰ ਕਰਦਿਆਂ ਇਸ ਰਸਤੇ ਵਿੱਚ ਕਈ ਇਤਿਹਾਸ ਆਉਂਦੇ ਨੇ ਸਤਿਗੁਰਾਂ ਦੇ ਜੀਵਨ ਜਦੋਂ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਾ ਕਿ ਦੀਨ ਦੁਨੀ ਦੇ ਮਾਲਕ 6ਵੇਂ ਪਾਤਸ਼ਾਹ ਗੁਰਦੇਵ ਜੀ ਆਏ ਨੇ ਉਹ ਮਾਤਾ ਭਾਗ ਭਰੀ ਦਾ ਅਸਥਾਨ ਸਾਧ ਸੰਗਤ ਜਿਹੜਾ ਦਰਵਾਜ਼ਾ ਮਾਤਾ ਭਾਗ ਭਰੀ ਦੇ ਘਰ ਨੂੰ ਲੱਕੜ ਦਾ ਵੱਡਾ ਦਰਵਾਜ਼ਾ ਲੱਗਾ ਸੀ ਨਾ ਉਹ ਪਿੱਛੇ ਜਿਹੇ ਗੌਰਮੈਂਟ ਨੇ ਉਹਨੂੰ ਚੈੱਕ ਕੀਤਾ ਵੀ ਇਹ ਬੜੇ ਪੁਰਾਣਾ ਲੱਗਾ ਹੋਇਆ ਤੇ ਲੱਕੜ ਤਾਂ ਦੇਖੀਏ ਕਿਹੋ ਜਿਹੀ ਹੈ ਜਦੋਂ ਉਸ ਲੱਕੜ ਨੂੰ ਚੈੱਕ ਕੀਤਾ ਗਿਆ ਤੇ ਉਹ ਕੇਨਾ ਹਜੇ ਵੀ ਉਹਦੇ 'ਚ ਤੇਲ ਆ ਕਿ ਜਿਵੇਂ ਹਜੇ ਹੁਣੇ ਦਰਖਤ ਨਾਲੋਂ ਕੱਟੀ ਭਜਨ ਬੰਦਗੀ ਵਾਲੇ ਨਾਮ ਵੀ ਉਹਨਾਂ ਦਾ ਭਜਨ ਕੌਰ
गुरु वाले ये आपां साध संगत अज उन्हां दी मिठी याद विच जुड़ बैठे न थोड़ा जिहा अपने अंदर भी झाती मारनी भी एक दिन साडी याद विच भी इदां ही लोकां ने जदों इस गल दा बंदे नूं पता लग जावे भी हम आदमी हाँ एक दमी मोहित मोहित ना जाना एकदम दे आदमी हाँ जिस बंदे नूं मौत चेते रहिंदी उहनूं रब याद रहिंदा ते दो ही गल्लां कट्ठियां समेल है जदों मौत चेते उदों ही रब याद होना चाहे असीं कीर्तन कर रहे हैं चाहे कोई कथा कर रहे हैं विचारां कर रहे हैं इत्थे इत्थे ही हाँ गुरुद्वारा साहब तो बाहर जाइए जां शमशान घाट विच चेता आउंदा भी एक दिन असीं भी इदां लकड़ां विच सड़ जाणा तो साध संगत थोड़ी देर बाद चेता भुल जांदा कोई विरला करोड़ां च इक होवेगा ऐन विरले ना ही करोड़ां विच इक होवेगा जिहनूं मौत हमेशा याद रहिंदी तो साध संगत बस इक्को ही जीवन विच आपां धारण करिए जे हजे तक गुरु वाले नहीं ना बणे ਜਿਵੇਂ ਸਤਿਕਾਰਯੋਗ ਮਾਤਾ ਜੀ ਨੇ ਖੰਡੇ ਬਾਟੇ ਦੀ ਪੌਲ ਛੱਕੀ ਸੀ ਗੁਰੂ ਵਾਲੇ ਇਹ ਬਹੁਤ ਵੱਡਾ ਇੱਕ ਜੀਵਨ ਵਿੱਚ ਘਾਟੇ ਵਾਲੀ ਗੱਲ ਹੁੰਦੀ ਹੈ ਕਿਉਂਕਿ ਮਨੁੱਖਾ ਜੀਵਨ ਮਿਲਿਆ ਇੱਕ ਇੱਕ ਸਾਹ ਬੜਾ ਕੀਮਤੀ ਆ ਸ਼ਬਦ ਸੁਣਿਆ ਨਾ ਆਪ ਜੀ ਨੇ ਭਾਈ ਸਾਹਿਬ ਜੀ ਰੱਖੋ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਦੇਹ ਤੇਰੀ ਬਣੀ ਆਹੀ ਵਾਰੀ ਹੈ ਇਸ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਗੁਰੂ ਵਾਲੇ ਬਣਨਾ ਤੇ ਇੱਕ ਦਾਖਲਾ ਲੈਣਾ ਉਸ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਗੁਰਮਤ ਦੀ ਪੜ੍ਹਾਈ ਨਾਮ ਜਪਣਾ ਸੇਵਾ ਸਿਮਰਨ ਕਰਨਾ ਜਰਰੇ ਜਰਰੇ ਵਿੱਚ ਰੱਬ ਨੂੰ ਵੇਖਣਾ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ ਇਹ ਸਿੱਖੀ ਦੇ ਅਸੂਲ ਦੀ ਪੜ੍ਹਾਈ ਸਕੂਲ ਦੀ ਪੜ੍ਹਾਈ ਤੇ ਸਾਧ ਸੰਗਤ ਇੱਕ ਹੁਕਮ ਹੋਰ ਹੋਇਆ ਕਿ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਸੰਦੀਪ ਸਿੰਘ ਸਰਬਜੀਤ ਸਿੰਘ ਲਾਲਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਜਿਹੜੀ ਇੱਕ ਕਹਾਣੀ ਆਉਂਦੀ ਹੈ ਕਿਉਂਕਿ ਕਹਾਣੀਆਂ ਬੜੀਆਂ ਮਾਤਾ ਪਿਤਾ ਪ੍ਰਥਾਏ ਲਿਖੀਆਂ ਨੇ ਪਿਤਾ ਦਾ ਵੀ ਮਾਤਾ ਦਾ ਵੀ ਜ਼ਿਕਰ ਕੀਤਾ ਜਿਵੇਂ ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਰ ਉਪਦੇਸ਼ ਝਿੜਕੈ ਬਹੁ ਭਾਤੀ ਬਹੁਤ ਪਿਤਾ ਗੱਲ ਲਾਲਾ ਮਾਂ ਦਾ ਜ਼ਿਕਰ ਵੀ ਕਬੀਰ ਸਾਹਿਬ ਨੇ ਇੱਕ ਸ਼ਬਦ ਵਿੱਚ ਤੇ ਕੇਵਲ ਮਾਂ ਦਾ ਜ਼ਿਕਰ ਕੀਤਾ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਰੱਬ ਨੂੰ ਕਹਿੰਦੇ ਪਰਮਾਤਮਾ ਨੂੰ ਦੇਖੋ ਸੁਰਤ ਪਹੁੰਚੀ ਉਹਨਾਂ ਦੀ ਤੇ ਰੱਬ ਨਾਲ ਗੱਲਾਂ ਕਰਦੇ ਕਹਿੰਦੇ ਰੱਬ ਜੀ ਮੈਨੂੰ ਇੱਦਾਂ ਲੱਗਦਾ ਵੀ ਤੁਹਾਡਾ ਸੁਭਾਅ ਤੇ ਮੇਰੀ ਮਾਂ ਦਾ ਇੱਕੋ ਜਿਹਾ ਲੱਗਦਾ ਮੇਰੀ ਮਾਂ ਦਾ ਤੇ ਤੁਹਾਡਾ ਸੁਭਾਅ ਇੱਕੋ ਜਿਹਾ ਲੱਗਦਾ ਜਿਹੜੀ ਮੇਰੀ ਮਾਂ ਸੀ ਨਾ ਉਹ ਮੈਨੂੰ ਝਿੜਕ ਕੇ ਵੀ ਗਲੌਖਣੀ ਵਿੱਚ ਲੈ ਲੈਂਦੀ ਸੀ ਕਈ ਵਾਰੀ ਮੇਰੇ ਦੋ ਚਾਰ ਛੱਡ ਵੀ ਦਿੰਦੀ ਸੀ ਕੁੱਟ ਵੀ ਦਿੰਦੀ ਸੀ ਗੁੱਸੇ 'ਚ ਪਰ ਕਮਾਲ ਦੀ ਗੱਲ ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਜੀ ਰੱਬ ਜੀ ਮੈਨੂੰ ਏਦਾਂ ਲੱਗਦਾ ਵੀ ਤੁਹਾਡਾ ਤੇ ਉਹਦਾ ਸੁਭਾਅ ਇੱਕੋ ਜਿਹਾ ਜਦੋਂ ਮੇਰੀ ਮਾਂ ਮੈਨੂੰ ਝਿੜਕਦੀ ਹੁੰਦੀ ਸੀ ਨਾ ਮੈਂ ਬੱਚਿਆਂ ਨਾਲ ਖੇਡ ਕੇ ਘਰ ਪਾਉਂਦਾ ਸੀ ਤੇ ਉਹਨੇ ਕਈ ਵਾਰੀ ਕਲਪ ਜਾਣਾ ਗੁੱਸੇ ਹੋਣਾ ਛੋਟੇ ਮੋਟੇ ਅਲਾਮੇ ਬੱਚਿਆਂ ਦੇ ਆ ਜਾਂਦੇ ਮੇਰਾ ਵੀ ਆ ਜਾਂਦਾ ਸੀ ਕਹਿੰਦੇ ਮਾਤਾ ਨੇ ਮਾਂ ਨੇ ਸੋਟੀ ਚੁੱਕ ਲੈਣੀ ਤੇ ਉੱਚੀ ਉੱਚੀ ਬੋਲਣ ਲੱਗ ਪੈਣਾ ਦੋ ਚਾਰ ਸੋਟੀਆਂ ਛੱਡ ਦੇਣੀਆਂ ਮੇਰੇ ਮਾਰ ਦੇਣੀ ਪਰ ਕਮਾਲ ਦੀ ਗੱਲ ਉਹਨਾਂ ਸੋਟੀਆਂ ਦੀ ਰੰਚਕ ਮਾਤਰ ਵੀ ਕਦੀ ਦਰਦ ਨਹੀਂ ਸੀ ਹੋਈ ਏਦਾਂ ਲੱਗਦਾ ਸੀ ਜਦੋਂ ਉੱਚੀ ਉੱਚੀ ਬੋਲ ਕੇ ਮੈਨੂੰ ਗਾਲਾਂ ਕੱਢਣ ਲੱਗ ਪੈਂਦੇ ਸੀ ਏਦਾਂ ਲੱਗਦਾ ਸੀ ਜਿਵੇਂ ਮਾਂ ਲੋਰੀਆਂ ਦੇ ਕੇ ਸਵਾਉਂਦੀ ਹੋ ਜਦੋਂ ਮੈਨੂੰ ਮਾਂ ਕੁੱਟਦੀ ਸੀ ਏਦਾਂ ਲੱਗਦਾ ਸੀ ਜਿਵੇਂ ਮੱਖਣ ਦੇ ਪੇੜੇ ਖਿਲਾਉਂਦੀ ਹੋਵੇ ਕਿਉਂ ਏਦਾਂ ਲੱਗਦਾ ਸੀ ਕਿਉਂਕਿ ਨਾ ਤੇ ਮਾਂ ਦਿਲੋਂ ਕੁੱਟਦੀ ਸੀ ਨਾ ਦਿਲੋਂ ਗਾਲਾਂ ਕੱਢਦੀ ਸੀ ਇਸ ਕਰਕੇ ਰੱਬ ਜੀ ਮਾਂ ਤੇ ਫਿਰ ਗਲਵੱਖੀ ਵਿੱਚ ਲੈ ਲੈਂਦੇ ਸੀ ਹੁਣ ਮਾਂ ਤੇ ਨਹੀਂ ਰਹੀ ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਤੁਸੀਂ ਵੀ ਮੈਨੂੰ ਗਲਵੱਖੜੀ ਵਿੱਚ ਲੈ ਕੇ ਮੇਰੇ ਸਾਰੇ ਗੁਨਾਹ ਮਾਫ਼ ਕਰ ਦਿਓ ਕਬੀਰ ਸਾਹਿਬ ਜੀ ਕਹਿੰਦੇ ਸੁੱਤ ਅਪਰਾਧ ਕਰਤ ਹੈ ਜਿੱਤੇ ਦੇਖੋ ਮਾਂ ਦੇ ਪਿਆਰ ਨੂੰ ਅੱਗੇ ਰੱਖਿਆ ਹੈ ਸੁੱਤ ਕਹਿੰਦੇ ਪੁੱਤਰ ਨੂੰ ਸੁੱਤ ਅਪਰਾਧ ਕਰਤ ਹੈ ਜਿੱਤੇ ਜਰਣੀ ਚੇਤ ਨਾ ਰਾਖ ਕਹਿਤੇ ਰਮਈਆ ਹਉ ਬਾਰਕ ਤੇਰਾ ਕਾਹੇ ਨਾ ਕੰਦਸ ਅਵਗਣ ਮੇਰਾ ਹੇ ਰਮੇ ਹੋਏ ਰੱਬ ਜੀ ਜਰੇ ਜਰ ਵਿੱਚ ਰਮੇ ਹੋਏ ਮੈਨੂੰ ਤੇ ਲੱਗਦਾ ਤੂੰ ਸੀ ਮੇਰੀ ਮਾਂ ਰਮਈਆ ਹੁ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ ਜੇ ਅੱਧ ਕਰੋਪ ਕਰੇ ਕਰਤਾਇਆ ਤਾਂ ਵੀ ਜੀਤ ਨਾ ਰਾਗ ਸਮਾਇਆ ਅਖੀਰਲੀ ਪੰਕਤੀ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਨੇ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉੱਤਰ ਸਪਾਰਾ ਦੇਹ ਬਿਮਨ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਨਵੇਂ ਕਬੀਰ ਤੋ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ
ਸ਼ੀਰੇ ਪੰਜਾਬ ਇੱਕ ਦਿਨ ਆਪਣੀ ਮਾਂ ਨੂੰ ਕਹਿੰਦੇ ਮਾਤਾ ਰਾਜ ਕੌਰ ਨੂੰ ਕਹਿਣ ਲੱਗੇ ਗੋਦ ਵਿੱਚ ਬੈਠ ਕੇ ਕਹਿੰਦਾ ਮਾਂ ਮੈਂ ਗਿਆਨੀਆਂ ਕੋਲੋਂ ਵਿਦਵਾਨਾਂ ਕੋਲੋਂ ਸਿਆਣਿਆਂ ਕੋਲੋਂ ਕਈ ਵਾਰੀ ਸੁਣੀ ਗੱਲ ਇਹ ਕਿ ਭਾਵਾਂ ਦੁਨੀਆਂ ਦਾ ਬੰਦਾ ਬਾਦਸ਼ਾਹ ਬਣ ਜਾਵੇ ਰਾਜ ਭਾਗ ਦਾ ਮਾਲਕ ਬਣ ਜਾਵੇ ਤੇ ਮਾਂ ਦਾ ਕਰਜ਼ ਸਿਰ ਤੋਂ ਨਹੀਂ ਲੱਥਦਾ ਗੱਲ ਸੱਚੀ ਹੈ ਮਾਤਾ ਰਾਜ ਕੌਰ ਨੇ ਪਿਆਰ ਦੇ ਕੇ ਆਖਿਆ ਪੁੱਤਰਾ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਿਆ ਤੂੰ ਆਖਿਆ ਮਾਂ ਸੱਚਮੁੱਚ ਤੁਸੀਂ ਮੈਨੂੰ ਦੱਸੋ ਵੀ ਜੇ ਕਰਜ਼ ਨਹੀਂ ਲੱਥਦਾ ਮਾਂ ਦਾ ਹੁਣ ਤੇ ਮੈਂ ਰਾਜਾ ਬਣ ਗਿਆ ਮੇਰੇ ਸਿਰ ਤੇ ਵੀ ਤੁਹਾਡਾ ਕਰਜ਼ ਹੋਣਾ ਤੇ ਮੈਨੂੰ ਤੁਸੀਂ ਦੱਸੋ ਮੈਂ ਕਿਵੇਂ ਕਰਜ਼ ਲਾਵਾਂ ਤੁਹਾਡਾ ਕਰਜ਼ਾ ਕਿਵੇਂ ਲਾਵਾਂ ਮਾਂ ਨੇ ਆਖਿਆ ਮੇਰਾ ਪੁੱਤਰ ਬਾਦਸ਼ਾਹ ਬਣ ਗਿਆ ਪਰ ਇਸ ਗੱਲ ਤੋਂ ਅਣਜਾਣਿਆ ਹਜੇ ਕਿ ਮਾਂ ਦਾ ਕਰਜ਼ ਪੈਸਿਆਂ ਨਾਲ ਨਹੀਂ ਲੱਥਦਾ ਕਹਿੰਦੀ ਪੁੱਤਰਾ ਜੇ ਤੂੰ ਕਰਜ਼ ਹੀ ਸਮਝਦਾ ਨਾ ਇੱਦਾਂ ਕਰ ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਦੀ ਇੱਕ ਕੰਮ ਕਰੀ ਇੱਕ ਦਿਨ ਕੋਈ ਸਮਾਂ ਕੱਢ ਕੇ ਇੱਕ ਰਾਤ ਮੇਰੇ ਨਾਲ ਸੌਂਦੀ ਮੈਂ ਦਿਨ ਚੜ੍ਹਦੇ ਨੂੰ ਤੇਰੇ ਸਿਰ ਤੇ ਪਿਆਰ ਦੇ ਕੇ ਆਖਾਂਗੀ ਵੇ ਰਣਜੀਤ ਸਿੰਘ ਜਾ ਤੇਰੇ ਸਿਰ ਤੋਂ ਮਾਂ ਦਾ ਕਰਜ਼ ਲੱਥ ਗਿਆ ਕਹਿੰਦਾ ਮਾਂ ਬਸ ਇੰਨੀ ਗੱਲ ਫਿਰ ਦੇਰ ਕਾਹਦੀ ਮੈਂ ਅੱਜ ਹੀ ਰਾਤ ਤੇਰੇ ਨਾਲ ਸੌਵਾਂ ਠੀਕ ਹੈ ਮੈਂ ਉਡੀਕ ਕਰਾਂਗੀ ਮਾਂ ਦੇ ਮਹਿਲਾਂ ਵਿੱਚ ਸ਼ਾਮ ਦੇ ਵਕਤ ਗਿਆ ਮਾਂ ਉਡੀਕ ਕਰ ਰਹੀ ਸੀ ਜਾ ਕੇ ਨਮਸਕਾਰ ਕੀਤੀ ਮੱਥਾ ਟੇਕਿਆ ਮਾਂ ਨੇ ਪਿਆਰ ਦਿੱਤਾ ਘੁੱਟ ਕੇ ਗਲੌਖੜੀ ਵਿੱਚ ਲੈ ਕੇ ਮੱਥਾ ਚੁੰਮਿਆ ਅੰਦਰ ਨੰਘਾਇਆ ਤੇ ਪਲੰਗ ਤੇ ਬਿਠਾ ਲਿਆ ਜਿਸ ਪਲੰਗ ਉੱਤੇ ਮਾਂ ਪੁੱਤਰ ਨੇ ਰਾਤ ਸੌਣਾ ਸੀ ਤੇ ਸਾਧ ਸੰਗਤ ਗੱਲਾਂ ਬਾਤਾਂ ਕਰਦਿਆਂ ਜਲ ਪਾਣੀ ਛਕਣ ਤੋਂ ਬਾਅਦ ਉਸ ਬਿਸਤਰੇ ਨੂੰ ਕਈ ਵਾਰੀ ਟੋਹ ਟੋਹ ਕੇ ਵੇਖ ਰਿਹਾ ਮਹਾਰਾਜਾ ਰਣਜੀਤ ਸਿੰਘ ਆਖਿਰਕਾਰ ਕਹਿ ਹੀ ਦਿੱਤਾ ਕਹਿੰਦਾ ਮਾਂ ਜੇ ਬਿਸਤਰਿਆਂ ਦੀ ਕਮੀ ਸੀ ਤੇ ਹੁਕਮ ਕਰਦੀ ਮੈਂ ਹੋਰ ਭੇਜ ਦਿੰਦਾ ਜੇ ਮੈਨੂੰ ਸਵਾਉਣਾ ਹੀ ਸੀ ਤੇ ਬਿਸਤਰਾ ਕਿਹੋ ਜਿਹਾ ਆਖਿਆ ਪੁੱਤਰਾ ਮੈਂ ਉਸੇ ਬਿਸਤਰੇ ਤੇ ਤੈਨੂੰ ਪਾਉਣਾ ਕਦੀ ਚੇਤਾ ਕਰ ਇਹ ਉਹੀ ਬਿਸਤਰਾ ਸੰਭਾਲ ਕੇ ਰੱਖਿਆ ਜਿਹਦੇ ਤੇ ਬਾਲਪਨ ਵਿੱਚ ਪਿਆ ਕਰਦਾ ਸੀ ਛੋਟੀ ਅਵਸਥਾ ਕਹਿੰਦਾ ਠੀਕ ਹੈ ਮਾਂ ਫਿਰ ਤੇਰੀ ਰਜ਼ਾ ਜਿਵੇਂ ਤੇਰੀ ਮਰਜ਼ੀ ਹੁਣ ਰਾਤ ਬੀਤਦੀ ਜਾ ਰਹੀ ਗੱਲਾਂ ਬਾਤਾਂ ਕਰਦਿਆਂ ਨੀਂਦ ਨਹੀਂ ਆਉਂਦੀ ਕਿਵੇਂ ਰਾਜ ਦੀਆਂ ਮੱਲਾਂ ਮਾਰੀਆਂ ਕਿਵੇਂ ਜੱਗਾਂ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਕਿਵੇਂ ਮੁਲਕ ਨੂੰ ਤਰੱਕੀ ਵਿੱਚ ਲੈ ਕੇ ਗਏ ਤੇ ਸਾਧ ਸੰਗਤ ਹੁਣ ਕਹਿੰਦੇ ਸਿਆਣੇ ਵੀ ਜਿਹੜੀ ਨੀਂਦ ਆ ਉਹ ਰੋੜਾਂ ਤੇ ਵੀ ਸੂਲੀ ਤੇ ਵੀ ਆ ਨੀਂਦ ਨੇ ਜਦੋਂ ਪੂਰਾ ਜ਼ੋਰ ਪਾਇਆ ਤੇ ਮਹਾਰਾਜਾ ਰਣਜੀਤ ਸਿੰਘ ਮਾਂ ਦੀ ਗੱਲ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਨੀਂਦ ਆਉਣ ਲੱਗ ਉਸੇ ਬਿਸਤਰੇ ਤੇ ਆ ਗਈ ਨੀਂਦ ਸਿਆਣੇ ਬੰਦੇ ਆਪਣੇ ਸਿਰਾਣੇ ਕੋਈ ਨਾ ਕੋਈ ਪਾਣੀ ਦਾ ਬਰਤਨ ਭਰ ਕੇ ਰੱਖਦੇ ਨੇ ਮਾਂ ਨੇ ਵੀ ਦਾ ਮਾਤਾ ਰਾਜ ਕੌਰ ਨੇ ਪਾਣੀ ਦਾ ਗੜਵਾ ਭਰ ਕੇ ਰੱਖਿਆ ਹੋਇਆ ਸੀ ਜਦੋਂ ਵੇਖਿਆ ਵੀ ਹੁਣ ਮੇਰਾ ਪੁੱਤਰ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਚੱਕਿਆ ਪਾਣੀ ਦਾ ਗੜਵਾ ਸਾਰੇ ਦਾ ਸਾਰਾ ਮਹਾਰਾਜਾ ਰਣਜੀਤ ਸਿੰਘ ਵੱਲ ਡੋਲ ਦਿੱਤਾ ਜਦੋਂ ਠੰਡਾ ਠੰਡਾ ਪਾਣੀ ਤਨ ਨੂੰ ਲੱਗਿਆ ਤੜਪ ਕੇ ਉੱਠਿਆ ਤੇ ਕਹਿੰਦਾ ਮਾਂ ਤੁਹਾਡੇ ਕੋਲੋਂ ਹੱਥ ਵੱਜ ਕੇ ਪਾਣੀ ਡੁੱਲ ਗਿਆ ਮੇਰੀ ਨੀਂਦ ਖਰਾਬ ਹੋ ਗਈ ਦਵਾ ਦਵ ਬਾਂਹ ਫੜ ਕੇ ਕਹਿਣ ਲੱਗੀ ਨਹੀਂ ਪੁੱਤਰਾ ਹੱਥ ਵੱਜ ਕੇ ਨਹੀਂ ਮੈਂ ਜਾਣ ਕੇ ਡੋਲਿਆ ਮਾਂ ਜਾਣ ਕੇ ਡੋਲਿਆ ਮੇਰੀ ਨੀਂਦ ਖਰਾਬ ਕਰ ਦਿੱਤੀ ਜਾਣ ਕੇ ਡੋਲ ਕੇ ਆਖਿਆ ਨਹੀਂ ਪੁੱਤਰਾ ਇਸ ਕਰਕੇ ਮੈਂ ਜਾਣ ਕੇ ਡੋਲਿਆ ਚੇਤਾ ਕਰ ਤੂੰ ਇਸ ਪਵਿੱਤਰ ਪਾਣੀ ਤੋਂ ਕਹਿੰਦਾ ਮੇਰੀ ਨੀਂਦ ਖਰਾਬ ਹੋ ਗਈ ਤੁਹਾਨੂੰ ਠੰਡਾ ਠੰਡਾ ਲੱਗਾ ਪੁੱਤਰਾ ਚੇਤੇ ਕਰ ਕਦੀ ਤੂੰ ਵੀ ਬਿਸਤਰਾ ਗਿੱਲਾ ਕਰ ਦਿੰਦਾ ਸੀ ਇੱਕ ਵਾਰੀ ਨਹੀਂ ਰਾਤ ਕਈ ਕਈ ਵਾਰੀ ਮੈਂ ਤੈਨੂੰ ਸੱਜਿਓ ਖੱਬੇ ਤੇ ਖੱਬਿਓ ਸੱਜੇ ਆਖਿਰਕਾਰ ਮੈਂ ਆਪਣੇ ਢਿੱਡ ਤੇ ਛਾਤੀ ਤੇ ਪਾ ਲੈਂਦੀ ਸਾਂ ਮੇਰਾ ਪੁੱਤਰ ਬੇਰਾਮ ਨਾ ਹੋਵੇ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਬਚਪਨ ਦੀ ਕਹਾਣੀ ਅੱਖਾਂ ਦੇ ਸਾਹਮਣੇ ਸੀਨ ਬਣ ਗਿਆ ਦਵਾ ਦਵ ਮਾਂ ਦੇ ਚਰਨ ਫੜ ਕੇ ਕਹਿਣ ਲੱਗਾ ਮਾਂ ਮੈਨੂੰ ਮਾਫ ਕਰ ਦੀ ਮੈਂ ਸਮਝਦਾ ਸੀ ਸ਼ਾਇਦ ਧਨ ਦੌਲਤ ਜਗੀਰਾਂ ਜ਼ਮੀਨ ਜਾਇਦਾਦ ਨਾਲ ਮਾਂ ਦਾ ਕਰਜ਼ ਸਿਰ ਤੋਂ ਉਤਰ ਸਕਦਾ ਮਾਂ ਮੈਂ ਤੇ ਇਸ ਜਨਮ ਦੀ ਗੱਲ ਕਰ ਰਿਹਾ ਸੀ ਮੈਂ ਤਾਂ ਅਨੇਕਾਂ ਜਨਮ ਲੈ ਕੇ ਤੇਰੇ ਇੱਕ ਰਾਤ ਦੀ ਖੇਚਲ ਨਹੀਂ ਦੇ ਸਕਦਾ ਤੇ ਸਤ ਸੰਗਤ ਚੇਤਾ ਆਇਆ ਫਿਰ ਮਾਂ ਦੇ ਚਰਨ ਫੜ ਕੇ ਜਿਹੜੀ ਗੱਲ ਕਹੀ ਮਾਂ ਤੂੰ ਸੱਚਮੁੱਚ ਰਾਣੀ ਮਾਂ ਦਿਲ ਭਰ ਜਾਂਦਾ ਜਦੋਂ ਬਚਪਨ ਦੀ ਆ ਜਾਵੇ ਯਾਦ
Thank you.
ਲਾਵੋ ਭੋਗ ਹਰਨਾਏ ਆਪ ਜੀ ਭੋਗ ਲਾਵੋ ਸੰਤਾਂ ਵਿੱਚ ਸਤਿਗੁਰ
ਜੀ ਵਰਤਾਉਣ ਦੀ ਆਗਿਆ ਬਖਸ਼ੋ ਜੀ। ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਗਿਆਨ ਹੋਈਆਂ ਫੁੱਲਾਂ ਚੁੱਕਾਂ ਬਖਸ਼ ਕੇ ਪਾਵਨ ਹੁਕਮਨਾਮਾ ਬਖਸ਼ੋ। ਸੰਗਤਾਂ ਨੂੰ ਨਦਰੋਂ ਨਦਰ ਨਿਹਾਲ ਕਰੋ, ਸੁੱਖ ਹੋਵੇ ਨਾਮ ਜਪਿਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਰਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਗੁਰੂ ਦੇ ਗਿਆਨ ਦਾ ਠੰਡਾ ਹੋਵੇਗਾ ਕੋਲ,
सतगुरु जी की कृपा नाल प्यारे वो एक दिन जिहड़ा आना है ना साडे ते जिवें अज माता जी ते आया वह चले गए उस समय की फिर सानू कोई डर हो नहीं रहेगा याद रहेगा चौबी घंटे जो बाणी पढ़ांगे ना बाणी चौबी घंटे ये याद करा दिंदी है कि मनुख तू ही जाना है सो इस करके ये बेनती है ये सेवक परिवारों ने बड़ी कृपा है डी एस पी दर्शन सिंह जी के परिवार के घर में गुरु साहब जी दैंतियां रखिया हैं थोड़ी थोड़ी बेटा भी सतगुरु जी की पहला उन्होंने पोतरे पोतरी कीर्तन करते हैं कि गुरु का कोई गुरपुर होंगे बड़ा मन जुड़ता है उन्होंने रसना तो जो उन्होंने बच्चों की तो बाणी सुनी दी है असं बोल रहे कि जो बच्चों को कीर्तन सुनते हैं आनंद बड़ा आंदा है इन्होंने रसना तो जो सतगुरु जी की बाणी विरुद्ध होती है सो यह बाणी बड़े ध्यान दी है जो आप दिल से दिमाग अच्छ सू क्यों नहीं चंकी लगती क्योंकि साड़िया उलझन जीडिया दिमाग में बड़िया ने अभी कट के बहन ही गुरु को जे वो उलझना असं कट देवे बाहर तो कुछ समा अखा मीच के ध्यान जोड़ लवेंगे कि गुरु की कहना पे है कि कुछ ना कुछ जो संगत में आए हाँ तो इतों गुरु की कोई गल बचन सुन के जाइए कोई साडा हो सकता है गुरु जी का एक बचन किसी का जीवन बदल दे संगत में एकदम ही जीवन बदल जाए प्यारे हो जिसे ये समागम हो रहे हैं जिसकी याद में वो भी मुक्ति हो जाती है तो वो सुनने वाले की भी मुक्ति हो जाती है सो इस करके शब्दा के फुल यही भेट कर रहे हैं कि वह तो वह आप भाई बाणी घर में पढ़िया करिए सैंतियां रखिए गुरु ग्रंथ साहब जी की बाणी की आप खोज करिए खोज किवें होगी बाणी दसेगी मनुख नूं कि अपने आप में वाड़ किसी की मंजी थले डांग ना मार कोई किहो जिहा है तैनूं कोई मतलब नहीं तू अपने आप में वेख के तू की चीज है फिर बंदे खोज दिल हर रोज ना फिर परेशानी मां फिर सतगुरु कहते हैं तेरिया सारिया परेशानियां चिंतावां झोरे दूर हो जाएंगे सो इस करके जे जीवन जिंदगी का आनंद लैना है प्यारो तो सानू गुरु की बाणी सारे भी पढ़नी पवेगी ता ही साडा ये गुरसिख धर्म जिहड़ा थले जा रहा है ये गुरसिखी की नींह जिहड़ी गुरु गोबिंद सिंह जी ने रखी है गुरु नानक देव जी ने रखी है ये सदा कायम रहेगी पर यह आप जी नूं मनना पवेगा कि साडा असल गुरु गुरु ग्रंथ साहिब पूरा गुरु यही है असीं सानूं अधूरियां दे पल्ले छड्डने पैणगे अधूरियां तों बच के रहना पवेगा ते पूरे गुरु जिहड़ा ज्ञान दिंदे हन जिहड़े सानूं अज माड़ी माड़ी चीज़ां तों हथ वेखदे हां असीं चक्कर च पै जांदे हां पता नहीं लगदा कि कोई बंदा आ के छोटा जिहा बंदा आ के कहेगा नहीं जी तुहाडी किस्मत च इह लिखे है असीं मिंट च फस जांदे हां क्यों क्योंकि गुरु की बाणी ही कोल हैगी जे बाणी पढ़ी होंदी ते हथों खाण वाले नूं पहलां ही उहनूं पता होणा उहनूं अपने आप दा ते पता नहीं हुंदा सो इस करके प्यारो ये सारे चरणों में बेनती है दास जी कि सारे भाई ये बाणी जो गुरु का खजाना है ना प्यो दादे का खोर रिठा खजाना ता मेरा मन पया निदाना असल असी अमीर उदो होवेंगे चाहे जिंदगी की धन दौलत बड़ी आ जाए असल अमीर बंदा ता है जे प्यो दादे का खजाना कोल होगा तो यह खजाना फिर इतने भी साथ देता है तौर दरगाह तक भी यही गवाही पाता है मनुख की क्योंकि गुरु के रस्ते बाह नहीं छड़ता बंदे जी सो इस करके प्यारे अधूरियां तो दूर रह के गुरु चरणों में गुरु ग्रंथ साहब जी के चरणों में रोज जो भी आते हैं जो भी संगत करते हैं एक अरदास करिया करिए कि सतगुरु पता नहीं गुरु गोबिंद सिंह जी कि सब तो गलती हो गई है जो तेरे तो दूर हो गए हैं कभी सोचा ही नहीं कि खंडे बाटे का अमृत कहदे वास्ते बख्शिया जी कभी सोचा ही नहीं यह जी चीज़ा कि गुरु ग्रंथ साहब जी की बाणी किवें गुरु साहबान ने इन शहादत दे के ये भीड़ बनी थी ताकि मेरे आने वाले गुरसिख मेरे आने वाले बच्चे ये गुरु को ज्ञान लैके सदा चढ़ती कला में मन में रखे सो अच असं आप ही नहीं पढ़ते बच्चों को नहीं पढ़ाते सो इस करके जतन करिए थोड़ा थोड़ा प्यारो ताकि असी बाणी के जोड़ा आनंद गुरु जी दे रहे हैं ना देखो असी आनंद सारे पढ़ते हाँ वो आनंद लेना है सो ये बेनती प्रवान कर दिया हो मैं बहुत बहुत सेवक परिवारों का भी धन्यवाद करा सतगुरु इन्हों अपनी बाणी जोड़ी रखन तय जल धनवाद है दोनों नेड़े आई संतान का हूँ मैं गुरु घर के जो सेवादार हैं मुख सेवादार प्रधान जी सत नाम वाहे गुरु सत
Satnam Vaheguru, Vaheguru Jika Khalsa.